ਚੁਆੰਗ ਤੋਂ ਇੱਕ ਸ਼ਮਸ਼ਾਨ ਤੋਂ ਲੰਘ ਰਿਹਾ ਸੀ ਤੇ ਇੱਕ ਆਦਮੀ ਦੀ ਖੋਪੜੀ ਉਹਦੇ ਪੈਰ 'ਚ ਲੱਗ ਗਈ। ਨੇਰੀ ਰਾਤ ਸੀ। ਉਹਨੇ ਉਸ ਖੋਪੜੀ ਨੂੰ ਚੁੱਕ ਲਿਆ ਤੇ ਬਹੁਤ ਮਾਫੀ ਮੰਗਣ ਲੱਗਾ। ਕਿਉਂਕਿ ਉਹ ਸ਼ਮਸ਼ਾਨ ਛੋਟੇ ਲੋਕਾਂ ਦਾ ਸ਼ਮਸ਼ਾਨ ਨਹੀਂ ਸੀ। ਵੱਡੇ ਲੋਕਾਂ ਦਾ ਸ਼ਮਸ਼ਾਨ ਸੀ। ਸ਼ਮਸ਼ਾਨ ਵੀ ਵੱਖੋ-ਵੱਖਰੇ ਹਨ ਛੋਟੇ ਤੇ ਵੱਡੇ ਲੋਕਾਂ ਦੇ। ਜਿਵੇਂ ਮੌਤ ਤੋਂ ਬਾਅਦ ਵੀ ਕੋਈ ਹਿਸਾਬ ਰੱਖਿਆ ਜਾ ਸਕਦਾ ਹੈ ਕਿ ਕੌਣ ਸੀ ਵੱਡਾ ਕੌਣ ਸੀ ਛੋਟਾ। ਲੇਕਿਨ ਕਿਉਂਕਿ ਜਿਉਂਦੇ ਆਦਮੀ ਸ਼ਮਸ਼ਾਨ ਬਣਾਉਂਦੇ ਹਨ ਇਸ ਲਈ ਆਪਣੀ ਜ਼ਿੰਦਗੀ ਦੀਆਂ ਜੋ ਨਾ ਸਮਝੀਆਂ ਹਨ ਉਹ ਸ਼ਮਸ਼ਾਨ ਤੱਕ ਵੀ ਲੈ ਜਾਂਦੇ ਹਨ ਉਹ ਸ਼ਮਸ਼ਾਨ ਸੀ ਵੱਡੇ ਲੋਕਾਂ ਦਾ ਸ਼ਾਹੀ ਖਾਨਦਾਨ ਦੇ ਲੋਕਾਂ ਦਾ ਰਾਜਿਆਂ ਦਾ ਸਮਰਾਟਾਂ ਦਾ ਚੁਆਂਗ ਸੂ ਫਕੀਰ ਕਬਰਾ ਗਿਆ ਉਹ ਖੋਪੜੀ ਨੂੰ ਘਰ ਲੈ ਆਇਆ ਰੱਖ ਕੇ ਉਹਦੇ ਹੱਥ ਪੈਰ ਜੋੜਨ ਲੱਗਾ ਮੈਨੂੰ ਮਾਫ ਕਰ ਦੇ ਉਹਦੇ ਮਿੱਤਰ ਇਕੱਠੇ ਹੋ ਗਏ ਤੇ ਕਹਿਣ ਲੱਗੇ ਪਾਗਲ ਹੋ ਗਿਆ ਇਸ ਖੋਪੜੀ ਤੋਂ ਕਿਉਂ ਮਾਫੀ ਮੰਗਦਾ ਹੈ ਚੁਆਂਗ ਤੋਂ ਕਰਨ ਲਗਾਈ ਵੱਡੇ ਆਦਮੀ ਦੀ ਖੋਪੜੀ ਹੈ ਇਹ ਸਿੰਘਾਸਨ ਤੇ ਬੈਠ ਚੁੱਕੀ ਖੋਪੜੀ ਹੈ ਤੇ ਮਾਫੀ ਮੈਂ ਮੰਗਦਾ ਜੇ ਕਿਤੇ ਅੱਜ ਇਹ ਆਦਮੀ ਜਿਉਂਦਾ ਹੁੰਦਾ ਤੇ ਮੇਰਾ ਪੈਰ ਇਸ ਸਿਰ ਤੇ ਲੱਗ ਜਾਂਦਾ ਤੇ ਮੇਰੀ ਬੜੀ ਮੁਸੀਬਤ ਸੀ ਇਹ ਤਾਂ ਸੁਭਾਗ ਸਮਝੋ ਕਿ ਆਦਮੀ ਜਿਉਂਦਾ ਨਹੀਂ ਲੇਕਿਨ ਮਾਫੀ ਤਾਂ ਮੰਗੀ ਲੈਣੀ ਚਾਹੀਦੀ ਹੈ ਧੰਨਵਾਦ